ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪਾਈਵੁੱਡ। ਗਿੱਪੀ ਗਰੇਵਾਲ ਦੀ ਸ਼ਾਵਾਨੀ ਗਿਰਦਾਰੀ ਲਾਲ 17 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਅਰਦਾਸ ਤੇ ਅਰਦਾਸ ਕਰਨ ਤੋਂ ਬਾਅਦ ਇਹ ਗਿੱਪੀ ਗਰੇਵਾਲ ਦੀ ਐਜ਼ ਅ ਡਾਇਰੈਕਟਰ ਤੀਜੀ ਫਿਲਮ ਹੋਣ ਵਾਲੀ ਹੈ। ਪੰਜਾਬ ਦੀ ਇਹ ਪਹਿਲੀ ਫਿਲਮ ਹੋਏਗੀ ਜਿਸ ਵਿੱਚ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਬਲਕਿ 7-7 ਪੰਜਾਬੀ ਹੀਰੋਇਨਾਂ ਨਜ਼ਰ ਆਉਣਗੀਆਂ। ਦਰਸ਼ਕ ਗਿੱਪੀ ਗਰੇਵਾਲ ਨਾਲ ਫਿਲਮ ਵਿੱਚ ਨੀਰੂ ਬਾਜਵਾ, ਸੁਰੀਲੀ ਗੌਤਮ, ਤਨੂ ਗਰੇਵਾਲ, ਹਿਮਾਂਸ਼ੀ ਖੁਰਾਨਾ, ਪਾਇਲ ਰਾਜਪੂਤ, ਸਾਰਾ ਗੁਰਪਾਲ ਅਤੇ ਪ੍ਰਭ ਗਰੇਵਾਲ ਨੂੰ ਦੇਖਣਗੇ। ਗਿੱਪੀ ਗਰੇਵਾਲ ਦੀ ਇਹ ਫਿਲਮ ਪੀਰੀਅਡ ਡਰਾਮਾ ਹੈ ਜਿਸ ਵਿੱਚ 1940 ਦੇ ਨੇੜੇ ਤੇੜੇ ਦੀ ਕਹਾਣੀ ਦਿਖਾਈ ਗਈ ਹੈ। ਫਿਲਮ ਦੀ ਸ਼ੂਟਿੰਗ ਚੰਡੀਗੜ੍ਹ ਦੇ ਆਸ ਪਾਸ ਕੀਤੀ ਗਈ ਹੈ। ਇਸ ਫਿਲਮ ਵਿੱਚ 7 ਮੇਨ ਲੀਡ ਐਕਟਰਸ ਤੋਂ ਇਲਾਵਾ ਰਾਣਾ ਰਣਬੀਰ, ਰਘਵੀਰ ਬੋਲੀ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਹਨੀ ਮੱਟੂ, ਅਕਸ਼ਿਤਾ ਸ਼ਰਮਾ, ਸਰਦਾਰ ਸੋਹੀ, ਸੀਮਾ ਕੌਸ਼ਲ, ਸ਼ਿਵਮ ਸ਼ਰਮਾ, ਚੰਦਨ ਗਿੱਲ ਅਤੇ ਰਾਜ ਧਾਲੀਵਾਲ ਸਮੇਤ ਕਈ ਹੋਰ ਚਿਹਰੇ ਨਜ਼ਰ ਆਉਣਗੇ। ਗਿੱਪੀ ਗਰੇਵਾਲ ਦੀ ਕੰਪਨੀ ਹੰਬਲ ਮੋਸ਼ਨ ਪਿਕਚਰ, ਪੂਜਾ ਐਂਟਰਟੇਨਮੈਂਟ ਅਤੇ ਓਮਜੀ ਸਟਾਰ ਸਟੂਡੀਓ ਦੇ ਬੈਨਰ ਹੇਠ ਬਣੀ ਇਹ ਫਿਲਮ ਦਰਸ਼ਕਾਂ ਨੂੰ ਪੁਰਾਤਨ ਪੰਜਾਬ ਦਰਸ਼ਨ ਕਰਵਾਏਗੀ। ਇਸ ਫਿਲਮ ਵਿਚਲਾ ਗਿਰਦਾਰੀ ਲਾਲ ਕਿਵੇਂ ਦਰਸ਼ਕਾਂ ਦਾ ਦਿਲ ਜਿੱਤਦਾ ਹੈ ਅਤੇ 7 ਹੀਰੋਇਨਾਂ ਵਿੱਚੋਂ ਕਿਹੜੀ ਹੀਰੋਇਨ ਦਰਸ਼ਕਾਂ 'ਤੇ ਆਪਣਾ ਸਭ ਤੋਂ ਜ਼ਿਆਦਾ ਪ੍ਰਭਾਵ ਛੱਡਦੀ ਹੈ, ਇਸ ਦਾ ਇੰਤਜ਼ਾਰ ਤੁਹਾਡੇ ਨਾਲ ਨਾਲ ਸਾਨੂੰ ਵੀ ਹੈ।